ਲੜਕੀਆਂ ਨੇ ਸਾਡੇ ਤੋਂ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਯੂਟਿਊਬ ਚੈਨਲ ਰਾਜਨੀਤੀ ਦੇ ਵਿੱਚ। ਜਿਹੜੇ ਵੀ ਚੈਨਲ 'ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਲੱਗੇ ਪਹਿਲਾਂ ਬਟਨ ਨੂੰ ਔਲ 'ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਸੋ ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਜਗਰਾਵਾਂ ਮੰਡੀ ਦੇ ਵਿੱਚ ਦੋਸਤੋ ਆਏ ਹਾਂ। ਇੱਕ ਬਹੁਤ ਵਧੀਆ ਦੋਸਤੋ ਰਫਤਾਰ ਨਾਮ ਦਾ ਜਿਹੜਾ ਦੋਸਤੋ ਇੱਕ ਹੋਰਸ ਹੈਗਾ ਘੋੜਾ, ਤੁਹਾਨੂੰ ਬਹੁਤ ਸੋਹਣਾ ਵੀਰ ਹੋਣਾ ਦੇ ਕੋਲ ਆ ਥਾਂ, ਜਿਹੜੀ ਟਿਕਾਣਾ ਹੈਗਾ ਏਰੀਆ ਹੈਗਾ ਵੀਰ ਹੋਣਾ ਦਾ, ਬਾਤਚੀਤ ਕਰਕੇ ਤਾਂ ਵੀਰ ਹੋਣਾ ਦੇ ਕੋਲ ਹੀ ਪੁੱਛਾਂਗੇ ਕੀ ਥਾਂ ਟਿਕਾਣਾ ਹੈਗਾ, ਚੱਲਦੇ ਵੀਰ ਹੋਣਾ ਦੇ ਕੋਲ ਪੁੱਛ ਲੈਂਦੇ ਉਹਨਾਂ ਦਾ ਨਾਮ। ਸੋ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਵੀਰ ਜੀ, ਇੱਕ ਤਾਂ ਨਾਮ ਆਪਣਾ ਪਹਿਲਾਂ ਜ਼ਰੂਰ ਦੱਸ ਦਿਓ। ਰੁਪਿੰਦਰ ਸਿੰਘ ਰਾਣਾ ਜੀ। ਆਪਣਾ ਏਰੀਆ ਵੀ ਕਿਹੜਾ? ਸਾਡਾ ਨਕੋਦਰ ਏਰੀਆ ਜੀ, ਮੀਰਪੁਰ ਮਾੜੀ ਪਿੰਡ ਹੈ ਜੀ, ਜਲੰਧਰ ਜ਼ਿਲ੍ਹਾ ਆਪਣਾ। ਜਲੰਧਰ ਜ਼ਿਲ੍ਹਾ ਜੀ। ਸੋ ਵੀਰ ਜੀ, ਆਪਣਾ ਕੋਲ ਜਿਹੜਾ ਇਹ ਘੋੜਾ ਹੈਗਾ ਕਿਸ ਬ੍ਰੀਡ ਦੇ ਵਿੱਚ ਹੈਗਾ? ਇਹ ਜੀ ਮਾਰਵਾੜੀ ਆਪਣੇ ਬ੍ਰੀਡ ਦੀ ਆ ਘੋੜਾ ਜੀ। ਆਪਣਾ ਮਾਰਵਾੜੀ? ਹਾਂਜੀ। ਸੋ ਵੀਰ ਜੀ, ਨਾਮ ਇਹਦਾ ਕੀ? ਨਾਮ ਰਫਤਾਰ ਹੈ ਘੋੜੇ ਦਾ। ਰਫਤਾਰ ਇਸਦਾ ਨਾਮ ਵੀਰ ਜੀ, ਅਤੇ ਤਕਰੀਬਨ ਇਸਦੇ ਜੇ ਫਾਦਰ ਦੀ ਗੱਲ ਕਰੀਏ ਤਾਂ ਫਾਦਰ ਇਸਦਾ ਕਿਹੜਾ? ਫਾਦਰ ਇਹਦਾ ਜੀ ਇੱਕ ਆਲੀਸ਼ਾਨ ਲਾਈਨ ਸਾਡੇ ਪੰਜਾਬ 'ਚ ਸਭ ਤੋਂ ਜ਼ਿਆਦਾ ਚੱਲ ਰਹੀ ਮਸ਼ਹੂਰ ਹੈ ਜੀ। ਆਲੀਸ਼ਾਨ? ਆਲੀਸ਼ਾਨ ਦੇ ਕਾਲਾ ਕੈਂਟਾ ਜੀ। ਕਾਲਾ ਕੈਂਟਾ ਅਤੇ ਕਾਲੇ ਕੈਂਟੇ ਦਾ ਇਹ ਬੱਚਾ ਜੀ, ਆਲੀਸ਼ਾਨ ਦਾ ਪੋਤਾ ਜੀ। ਠੀਕ ਹੈ ਵੀਰ ਜੀ, ਵੀ ਇਹ ਆਪਾਂ ਮਤਲਬ ਕਿ ਬਸ਼ੇਰਾ ਮਤਲਬ ਬੱਚਾ ਹੀ ਪਾਲਿਆ ਹੋਇਆ ਸੀ, ਬੱਚੇ ਦੀ ਆਪਾਂ ਪਾਲਣਾ ਪੋਸਣਾ ਕਰਕੇ ਇੱਥੇ ਤੱਕ ਲੈ ਕੇ ਆਏ? ਇਹ ਬਿਲਕੁਲ ਜੀ, ਆਪਾਂ 18 ਮਹੀਨੇ ਦਾ ਲਿਆ ਸੀ ਜੀ। ਠੀਕ ਹੈ। ਅਤੇ ਉਸ ਤੋਂ ਪਹਿਲਾਂ ਆਪਣਾ ਮਿੱਤਰ ਸੀ 6 ਮਹੀਨੇ ਦਾ, ਉਹਨੇ ਲਿਆ ਸੀਗਾ ਜੀ। ਅਤੇ ਇਹ ਬਾਕੀ ਅੱਜ ਤੱਕ ਆਪਾਂ ਲਗਭਗ 3.25 ਸਾਲ ਹੋ ਗਏ ਜੀ ਆਪਾਂ ਇਹਨੂੰ ਪਾਲ ਪੋਸ਼ ਕੇ ਵੱਡਾ ਕੀਤਾ ਜੀ ਕੋਲ। ਸੋ ਵੀਰ ਜੀ, ਅੱਜ ਜੇ ਅਸੀਂ ਏਜ ਦੀ ਗੱਲ ਕਰੀਏ ਤਾਂ ਇਸ ਦੀ ਆਪਣੀ ਰਫਤਾਰ ਏਜ ਕੀ ਹੈ? ਇਹ ਨੀਅਰ ਅਬਾਊਟ 5 ਈਅਰ ਹੈ ਜੀ, 5 ਸਾਲ। ਠੀਕ ਹੈ ਜੀ। ਅਤੇ ਵੀਰ ਜੀ, ਹਾਈਟ ਦੀ ਗੱਲ ਕਰੀਏ ਤਾਂ ਤਕਰੀਬਨ ਅਪਰੋਕਸੀਮੇਟਲੀ ਜਾਂ ਕਨਫਰਮ ਆਪਣੀ ਬਿਲਕੁਲ ਤੁਹਾਨੂੰ ਹੋਵੇਗਾ ਵੀ ਕਿੰਨੀ ਹਾਈਟ ਦਾ ਮਤਲਬ ਰਫਤਾਰ ਹੈ? ਦੇਖੋ ਜੀ, ਜਿਹੜਾ ਸਕੇਲ ਨਾਲ ਅੱਜ ਕੱਲ੍ਹ ਮਿਣਦੇ 65 ਇੰਚ ਘੋੜਾ ਜਾਂ ਆਪਣਾ ਕਰਦੇ ਦੀ ਹਾਈਟ ਹੈ, ਹਾਈਟ ਹੈ। ਸੋ ਵੀਰ ਜੀ, ਮਤਲਬ ਕਿ ਇਸ ਤੋਂ ਜਿਹੜੇ ਵੀਰ ਜੀ ਅੱਗੇ ਕ੍ਰੋਸਿੰਗ ਇਸ ਦੀ ਕਰਵਾਈ ਹੈ ਜਾਂ ਬੱਚੇ ਆਏ ਨੇ, ਮਤਲਬ ਉਸ ਦੀ ਗੱਲ ਕਰੀਏ ਤਾਂ ਮਾਰਕਿੰਗ ਫਾਦਰ ਦੇ ਉੱਪਰ ਹੀ ਆਈ ਹੈ ਜ਼ਿਆਦਾਤਰ ਦੇਖਣ ਦੇ ਵਿੱਚ? ਇਹ ਬਿਲਕੁਲ ਜੀ, ਜ਼ਿਆਦਾਤਰ ਮਾਰਕਿੰਗ ਮੱਥੇ ਬਲੇਜ਼ ਆ ਰਿਹਾ ਜੀ ਬੱਚਿਆਂ ਦੇ, ਅਤੇ 2-3 ਬੱਚਿਆਂ ਦੇ ਫੁੱਲ ਵੀ ਆਇਆ ਜੀ, ਅਤੇ ਬਾਕੀ ਪੈਰਾਂ ਦੀ ਮਾਰਕਿੰਗ 2 ਚਿੱਟੇ 3 ਚਿੱਟੇ ਉਹ ਤਾਂ ਜਿੱਦਾਂ ਹੈ ਘੋੜੀ ਦੇ ਵੀ ਉਸ। ਜੇਕਰ ਆਪਾਂ ਕਾਲੇ ਕੰਟੇ ਦੀ ਗੱਲ ਕਰੀਏ ਤਾਂ ਜਾਂ ਆਲੀਸ਼ਾਨ ਦੀ ਗੱਲ ਕਰੀਏ ਤਾਂ ਤਕਰੀਬਨ ਉਸਦੇ ਵੀ ਬਿਲਕੁਲ ਜਿਹੜੀ ਮਾਰਕਿੰਗ ਹੈਗੀ ਸੇਮ ਹੈਗੀ ਆ ਰਫਤਾਰ ਨਾਲ? ਇਹ ਦੇਖੋ ਜੀ, ਜਿਹੜਾ ਆਲੀਸ਼ਾਨ ਸੀ ਉਹਦੇ ਮੱਥੇ ਪਟਾ ਸੀ, ਅਤੇ ਬਾਕੀ ਪੈਰਾਂ ਦੀ ਮਾਰਕਿੰਗ ਉਹਦੀ ਹੋਰ ਸੀਗੀ ਜੀ, ਅਤੇ ਇਹਦੇ ਜਿੱਦਾਂ ਕਾਲੇ ਕੈਂਟੇ ਵਾਲੀ ਮਾਰਕਿੰਗ ਹੈ ਜੀ ਇਹਦੇ ਪ੍ਰੋਪਰ ਜੀ ਘੋੜੇ ਦੀ। ਹਾਂਜੀ, ਅੱਗੇ ਮਤਲਬ ਕਿ ਆਪਾਂ ਕ੍ਰੋਸਿੰਗ ਲਈ ਇਹਦੀ ਵਰਤੋਂ ਕਰ ਰਹੇ ਹਾਂ ਸਟਾਰਟ ਦੇ? ਇਹ ਕਰ ਰਹੇ ਹਾਂ ਜੀ। ਠੀਕ ਹੈ। ਸੋ ਕੀ ਜਿਹੜੀ ਫੀਸ ਰੱਖੀ ਆ ਉਹ ਕੀ ਰੱਖੀ? ਇਹ ਆਪਣੇ 25,000 ਰੁਪਈਆ ਰੱਖੀ ਜੀ। ਠੀਕ ਹੈ ਜੀ। ਹਾਂਜੀ। ਸੋ ਮੇਰੇ ਵੀਰੋ, ਕਿਸਾਨ ਵੀਰੋ, ਵੀ ਜਿਸ ਮੇਰੇ ਵੀਰ ਭਰਾ ਨੇ ਕ੍ਰੋਸਿੰਗ ਕਰਵਾਉਣੀ ਹੋਵੇ ਰਫਤਾਰ ਤੋਂ ਦੋਸਤੋ, 25,000 ਰੁਪਈਆ ਦੋਸਤੋ ਜਿਹੜੀ ਫੀਸ ਹੈਗੀ ਆ, ਵੀਰ ਹੋਣਾਂ ਦੇ ਕੋਲ ਅਵੇਲੇਬਿਲਟੀ ਹੈਗੀ ਆ, ਕਿਸੇ ਟਾਈਮ ਵੀ ਤੁਸੀਂ ਵੀਰ ਹੋਣਾਂ 'ਤੇ ਸੰਪਰਕ ਕਰ ਸਕਦੇ ਹੋ, ਫੋਨ ਨੰਬਰ ਵੀਰ ਹੋਣਾਂ ਦੇ ਵੀਡੀਓ ਦੇ ਵਿੱਚ ਲੈ ਕੇ ਦੇ ਦਿੰਦੇ ਹਾਂ। ਸੋ ਵੀਰ ਜੀ, ਇੱਕ ਕੰਟੈਕਟ ਨੰਬਰ ਆਪਣੇ ਕੋਲ ਕੇ ਜ਼ਰੂਰ ਦੱਸੋ। 98145-85-105। ਸੋ ਵੀਰ ਜੀ, ਇੱਕ ਹੋਰ ਜ਼ਰੂਰੀ ਗੱਲ ਆ ਵੀ ਜਿਹੜੇ ਵੀਰ ਆਪਣੇ ਕੋਈ ਨਵਾਂ ਸ਼ੌਂਕ ਰੱਖਦੇ ਆ ਜੀ, ਸੋ ਵੀਰ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਵੀ ਇਹ ਸ਼ੌਂਕ ਮਹਿੰਗਾ ਹੈ ਚਾਹੇ ਸਸਤਾ ਹੈ, ਜਾਂ ਇਸ ਬ੍ਰੀਡ ਦੇ ਵਿੱਚ ਲੈਣਾ ਹੋਵੇ ਮਾਰਵਾੜੀ ਚਾਹੇ ਮੁਕਰੇ 'ਚ ਚਾਹੇ ਚੰਬੀ ਦੇ ਵਿੱਚ, ਵੀ ਛੋਟਾ ਬੱਚਾ ਲਿਆ ਜਾਵੇ ਤਾਂ ਉਸਦੀ ਕੀ ਕੋਸਟ ਹੋਵੇਗੀ ਮਤਲਬ ਜੇਕਰ ਆਪਾਂ ਆਪਦੇ ਇਸ ਰਫਤਾਰ ਦੀ ਗੱਲ ਕਰੀਏ ਤਾਂ ਇਸਦਾ ਜਿਹੜਾ ਕਿ ਨੈਕਸਟ ਬੱਚਾ ਆਉਂਦਾ ਅਤੇ ਉਸਦੀ ਕੀ ਕੀਮਤ ਹੈਗੀ ਅਪਰੋਕਸੀਮੇਟਲੀ, ਕੀ ਬੱਚਾ ਜੰਮ ਦੇ ਅਨੁਸਾਰ 2-3 ਮਹੀਨੇ ਦਾ ਬੱਚਾ ਕੀ ਕੋਸਟ ਪੈਂਦਾ ਹੈ? ਦੇਖੋ ਜੀ, ਉਹ ਤਾਂ ਡਿਪੈਂਡ ਕਰਦਾ ਬੱਚੇ ਦੀ ਕੰਡੀਸ਼ਨ 'ਤੇ ਜੀ। ਠੀਕ ਹੈ ਜੀ। ਅਤੇ ਜੇ ਬੱਚਾ ਚੰਗਾ ਆ ਬੱਚੇ ਦੀ, ਦੇਖ ਲਓ ਜੀ 2 ਲੱਖ ਤੋਂ ਵੀ ਕੀਮਤ ਸਟਾਰਟ ਹੈ ਜੀ, ਕਿਸੇ ਦੀ 1 ਲੱਖ ਤੋਂ ਵੀ ਸਟਾਰਟ ਹੈ ਜੀ, ਉਹ ਘੋੜੀ 'ਤੇ ਵੀ ਡਿਪੈਂਡ ਕਰਦਾ ਵੀ ਬੱਚਾ ਹਾਈਟ ਕਰਨ ਵਾਲਾ ਹੈ ਜਾਂ ਨਹੀਂ। ਜ਼ਿਆਦਾਤਰ ਇਹਦੇ ਵੈਸੇ ਛੋਟੀਆਂ ਘੋੜੀਆਂ ਦੇ ਬੱਚੇ ਵੀ ਹਾਈਟ ਕਾਫੀ ਕਰ ਰਹੇ ਜੀ। ਬਾਕੀ ਡਿਪੈਂਡ ਆਪਾਂ ਮੰਨ ਕੇ ਚੱਲਦੇ ਵੀ ਮਦਰ 'ਤੇ ਵੀ ਡਿਪੈਂਡ ਹੋਣਾ ਚਾਹੀਦਾ, ਜੇਕਰ ਮਦਰ ਚੰਗੇ ਕੱਦ ਕਾਠੀ ਵਾਲੀ ਹੈਗੀ ਤਾਂ ਬੱਚਾ। ਦੇਖੋ ਜੀ, ਉਹ
ਚੰਗੇ ਫਾਦਰ ਦਾ ਹੋਵੇ ਤੇ ਮਦਰ ਦੇ ਉੱਪਰ ਵੀ ਬੱਚੇ ਦੇ ਕਿੰਨੇ ਪਰਸੈਂਟ ਜਾਣ ਦੇ ਚਾਂਸ ਹੁੰਦੇ? ਦੇਖੋ ਜੀ, ਜੇ ਮਦਰ ਚੰਗੀ ਉਹ ਪਲੱਸ ਪੁਆਇੰਟ ਹੀ ਆ ਜੀ। ਠੀਕ ਹੈ, ਉਹ ਪਲੱਸ ਪੁਆਇੰਟ ਆ, ਉਹਦੇ ਨਾਲ ਹੋਰ ਮਦਰ ਚੰਗੀ ਹੋਵੇ ਬੱਚਾ ਹੋਰ ਚੰਗਾ ਆਉਂਦਾ, ਇੱਕ ਉਹਦੀ ਬੈਕਗਰਾਊਂਡ ਬੱਚੇ ਦੀ ਚੰਗੀ ਬਣ ਜਾਂਦੀ ਜੀ। ਇੱਕ ਪੀੜ੍ਹੀ ਬਾਰੇ ਆਪਾਂ ਗੱਲ ਕਰਦੇ ਹਾਂ, ਜਿਹੜੇ ਮੇਰੇ ਵੀਰ ਕਈ ਨੇ ਨਵਾਂ ਹੋਰਸ ਲੈ ਕੇ ਜਾਂਦੇ ਜਾਂ ਸ਼ੌਂਕ ਰੱਖਦੇ ਆ ਜੀ, ਕਈ ਵਾਰ ਥੋੜ੍ਹਾ ਜਿਹਾ ਉਹਨਾਂ ਨੂੰ ਫੀਡਿੰਗ ਬਾਰੇ ਨਹੀਂ ਪਤਾ ਲੱਗਦਾ, ਚਾਹੇ ਚਾਰੇ ਬਾਰੇ ਨਹੀਂ ਪਤਾ ਲੱਗਦਾ, ਉਸਦੇ ਬਾਰੇ ਆਪਾਂ ਨੂੰ ਡਿਟੇਲ ਵਿੱਚ ਥੋੜ੍ਹਾ ਜਿਹਾ ਦੱਸ ਦਿਓ ਵੀ ਡੇਲੀ ਰੂਟੀਨ ਦੀ ਚਾਰਾ ਇਸਦਾ ਕੀ ਹੈ, ਫੀਡਿੰਗ ਇਸਦੀ ਕੀ ਹੈ? ਦੇਖੋ ਜੀ, ਇੱਕ ਤਾਂ ਮੌਸਮ ਦੇ ਹਿਸਾਬ ਦੇ ਨਾਲ ਇਹਨਾਂ ਦੀ ਜਿਹੜੀ ਫੀਡ ਆ ਥੋੜ੍ਹਾ ਬਹੁਤਾ ਚੇਂਜ ਜਾਂ ਦਾਣਾ ਇਹਨਾਂ ਦਾ ਚੇਂਜ ਹੁੰਦਾ ਰਹਿੰਦਾ ਜੀ, ਅਤੇ ਬਾਕੀ ਜੀ ਜ਼ਿਆਦਾ ਇਹਨਾਂ ਨੂੰ ਸੁੱਕੇ ਆਪਾਂ ਨੂੰ ਜਿਹੜਾ ਪੱਠਾ ਆ ਉਹ ਜ਼ਿਆਦਾ ਇਹਨਾਂ ਨੂੰ ਯੂਜ਼ ਕਰਨਾ ਚਾਹੀਦਾ ਜੀ, ਅਤੇ ਜ਼ਿਆਦਾ ਬਿਮਾਰੀਆਂ ਜਿਹੜੀਆਂ ਆਉਂਦੀਆਂ ਜੀ ਹਰਾ ਪੱਠਾ ਇਹਨਾਂ ਨੂੰ ਪਾਉਂਦੇ ਉਹਦੇ ਨਾਲ ਹੀ ਇਹਨਾਂ 'ਚ ਆਉਂਦੀਆਂ ਜੀ, ਅਤੇ ਇੱਕ ਜ਼ਿਆਦਾ ਦਾਣਾ ਵੀ ਆਪਾਂ ਨੂੰ ਉਨਾ ਨਹੀਂ ਪਾਉਣਾ ਚਾਹੀਦਾ, ਉਹ ਲਿਮਿਟ ਮਾਤਰਾ ਜਿੰਨਾ ਘੋੜਾ ਪਹੁੰਚਾਉਂਦਾ ਉਸ ਹਿਸਾਬ ਨਾਲ ਹੀ ਉਹਨੂੰ ਹੌਲੀ ਹੌਲੀ ਦੇਣਾ ਚਾਹੀਦਾ ਜੀ। ਇੱਕ ਵੀਰ ਜੀ, ਜਿਹੜੀ ਮਸਾਲਿਆਂ ਦੀ ਵਰਤੋਂ ਆ ਉਹ ਵੀ ਕਿੰਨੀ ਕੁ ਕਰਨੀ ਚਾਹੀਦੀ ਹੈ ਡੇਲੀ ਰੂਟੀਨ 'ਚ ਜਾਂ 2 ਤੋਂ 3 ਦਿਨ ਬਾਅਦ ਕਰਨੀ ਚਾਹੀਦੀ ਆ? ਜ਼ਿਆਦਾਤਰ ਆਪਣੇ ਵੀਰਾਂ ਨੂੰ ਜਿਹੜੇ ਪਸ਼ੂ ਪਾਲਕ ਨੇ ਨਵੇਂ ਬੰਦੇ ਉਹ ਰੱਖ ਪੈਂਦੇ ਆ, ਮਹਿੰਗਾ ਸੌਦਾ ਹੈ, ਮਹਿੰਗਾ ਸ਼ੌਂਕ ਆ, ਵੀ ਕਿਤੇ ਨਾ ਕਿਤੇ ਮਤਲਬ ਕਿ ਜਿਹੜਾ ਸਹਾਈ ਸਿਹਤ ਹੋਵੇ, ਕੋਈ ਨਾ ਕੋਈ ਪ੍ਰੋਬਲਮ ਆ ਜਾਂ ਪੇਟ ਦੀ ਇੱਕ ਪ੍ਰੋਬਲਮ ਹੁੰਦੀ ਹੈ ਜਿਹੜੀ ਪੇਨ ਆ ਢਿੱਡ ਦੇ ਵਿੱਚ, ਕਿਸੇ ਤਰ੍ਹਾਂ ਦੀ ਵੀ ਕੋਈ ਨਾ ਆਵੇ, ਦਿੱਕਤ ਨਾ ਕਿਸੇ ਨੂੰ ਆਵੇ, ਮਸਾਲਿਆਂ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ, ਕੀ ਪ੍ਰੋਸੀਜਰ ਹੈ? ਦੇਖੋ ਜੀ, ਉਹ ਤਾਂ ਇਵੇਂ ਹੀ ਹੈ ਵੀ ਜਿਵੇਂ ਇਨਸਾਨ ਹੈ, ਹਰੇਕ ਦੀ ਬੋਡੀ 'ਤੇ ਅੱਡ ਅੱਡ ਹਰੇਕ ਚੀਜ਼ ਅਪਲਾਈ ਹੁੰਦੀ, ਕਿਸੇ ਦੀ ਬਾਏ ਆ, ਕਿਸੇ ਦੀ ਗਰਮ ਆ ਬੋਡੀ, ਹੈ ਨਾ ਜੀ, ਇਹ ਘੋੜਿਆਂ ਦਾ ਵੀ ਇਵੇਂ ਹੀ ਆ ਜੀ, ਜੇ ਇਹਨਾਂ 'ਚ ਕੋਈ ਬਾਏ ਰੇਸ਼ਾ ਜ਼ਿਆਦਾ, ਮਸਾਲਾ ਥੋੜ੍ਹਾ ਉਸ ਹਿਸਾਬ ਨਾਲ ਆਪਾਂ ਇਹਨਾਂ ਨੂੰ ਗਰਮ ਦੇ ਸਕਦੇ ਹਾਂ, ਅਦਰਵਾਈਜ਼ ਇਹਨਾਂ ਦਾ ਜਿਹੜਾ ਨੋਰਮਲ ਆਪਾਂ ਇਹਨਾਂ ਨੂੰ ਦੇਣਾ ਆ, ਇਹਨਾਂ ਦੇ ਚਾਰੇ ਦੇ ਨਾਲ ਦੇਣਾ, ਡੇਲੀ ਦੇਣਾ ਆ, ਉਹ ਤਾਂ ਆਪਾਂ ਇਹਨਾਂ ਨੂੰ ਹਾਜ਼ਮੇ ਦੇ ਤੌਰ 'ਤੇ ਦੇਣਾ ਆ ਜੀ, ਰੂਟੀਨ ਦੇ ਤੌਰ 'ਤੇ ਜੀ, ਨਰਮ ਆਪਾਂ ਦੇਣਾ ਵਾ, ਕੋਈ ਸਖਤ ਮਸਾਲਾ ਨਹੀਂ ਦੇਣਾ ਜੀ, ਉਹ ਜੇ ਇਹਨਾਂ ਨੂੰ ਬਾਇਆ ਕੋਈ ਰੇਸ਼ੇ ਆ, ਫਿਰ ਉਸ ਹਿਸਾਬ ਨਾਲ ਇਹਨਾਂ ਦੀ ਮਿਕਦਾਰ ਆਪਾਂ ਤਿੱਖੀ ਕਰ ਸਕਦੇ, ਨਹੀਂ ਅਦਰਵਾਈਜ਼ ਨਹੀਂ ਕਰਨੀ ਚਾਹੀਦੀ ਆਪਾਂ ਨੂੰ। ਸੁਬੀਰ ਜੀ, ਵੀ ਇੱਕ ਲਾਸਟ ਆਪਣਾ ਸਵਾਲ ਇਹ ਹੈਗਾ ਵੀ ਜੇਕਰ ਕਿਸੇ ਵੀਰ ਨੂੰ ਆਪਾਂ ਇਸਦਾ ਬੱਚਾ ਮੁਹੱਈਆ ਕਰਵਾਉਣਾ ਜੀ, ਸੇਲ ਕਰਨਾ ਚਾਹੇ ਆਪਣੀ ਨਿਗਾਹ 'ਚ ਚਾਹੇ ਆਪਣੇ ਘਰ ਦੇ ਵਿੱਚ ਆਉਣਾ ਜੀ, ਆਪਾਂ ਕੀ ਕੋਸਟ ਰੱਖਾਂਗੇ? ਸਪੋਜ਼ ਕਰ ਲਓ ਵੀ ਕੋਈ ਨਵਾਂ ਬੱਚਾ ਚਾਹੇ, ਦੇਖੋ ਜੀ ਆਪਾਂ ਇਹਨਾਂ, ਹਾਂਜੀ, ਲੈਣਾ ਚਾਹੁੰਦਾ ਆਪਾਂ ਇਹਨਾਂ ਦੀ ਪ੍ਰਾਈਸ ਫਿਕਸ ਨਹੀਂ ਕਰ ਸਕਦੇ ਜੀ, ਇਹ ਤਾਂ ਮਾਲਕ 'ਤੇ ਵੀ ਡਿਪੈਂਡ ਹੁੰਦਾ ਵੀ ਉਹ ਆਪਣੇ ਬੱਚੇ ਦਾ ਕੀ ਉਹਦਾ ਰੱਖਦਾ ਰੇਟ ਰੱਖਦਾ ਜੀ, ਜ਼ਿਆਦਾਤਰ ਦੇਖੋ ਜੀ ਅੱਗੇ ਇਹਦੀਆਂ 1-2 ਵਿਸ਼ੇਰੀਆਂ ਸੀਗੀਆਂ, ਉਹ 3-4 ਲੱਖ ਦੀਆਂ, ਇੱਕ ਵਿਸ਼ੇਰੀ 6 ਲੱਖ ਦੀ ਵੀ ਇਹਦੀ ਵਿਕੀ ਆ ਜੀ ਅੱਗੇ, ਅਤੇ ਉਸ ਹਿਸਾਬ ਨਾਲ ਆ ਜੀ ਇਹਦਾ, ਡਿਪੈਂਡ ਆ ਮਦਰ 'ਤੇ ਵੀ ਡਿਪੈਂਡ ਆ, ਹਾਂਜੀ, ਬਾਕੀ ਮਾਲਕ 'ਤੇ ਵੀ ਡਿਪੈਂਡ ਆ ਜੀ, ਹਰ ਤਰ੍ਹਾਂ ਦੀ ਆ ਸਕਦੀ ਹੈ, ਬਿਲਕੁਲ। ਤੋ ਬਾਕੀ ਵੀਰ ਜੀ ਕਿਹੜੇ ਕੰਟੈਕਟ ਨੰਬਰ ਨੇ ਆਪਣੇ ਵੀਰਾਂ ਨੂੰ ਫਿਰ? 98-45-85-105। ਸੋ ਵੀਰ ਜੀ ਇੱਕ ਵਾਰੀ ਨਾਮ ਆਪਣਾ ਫਿਰ ਜ਼ਰੂਰ? ਰੁਪਿੰਦਰ ਸਿੰਘ ਰਾਣਾ। ਰੁਪਿੰਦਰ ਸਿੰਘ ਰਾਣਾ, ਵੀਰ ਜੀ ਨਾਲ ਗੱਲਬਾਤ ਹੋਈ ਸੀ ਦੋਸਤੋ, ਵੀਰ ਉਹਨਾਂ ਦੇ ਕੋਲ ਜਿਹੜਾ ਰਫਤਾਰ ਨਾਮ ਦਾ ਜਿਹੜਾ ਘੋੜਾ ਹੈਗਾ, ਸੋ ਕਿਸੇ ਮੇਰੇ ਵੀਰ ਭਰਾ ਨੇ ਅੱਗੇ ਕ੍ਰੋਸਿੰਗ ਕਰਵਾਉਣੀ ਆ, ਘੋੜੀਆਂ ਗੱਭਣ ਕਰਵਾਉਣੀਆਂ ਦੋਸਤੋ, ਤੁਸੀਂ ਵੀਰ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਜਿਹੜੀ ਫੀਸ ਆ ਇੱਕ ਵਾਰੀ ਫਿਰ ਦੱਸ ਦਿੰਦੇ, 25,000 ਰੁਪਈਆ ਦੋਸਤੋ ਜਿਹੜੀ ਫੀਸ ਹੈ। ਜਿਹੜੇ ਮੇਰੇ ਵੀਰ ਭਰਾ ਨੂੰ ਦੋਸਤੋ ਚੰਗਾ ਲੱਗੇ, ਵਧੀਆ ਹੈਗਾ ਹੋਰਸ ਆ ਦੋਸਤੋ, ਬਾਕੀ ਚੰਗੀ ਹਾਈਟ ਲੈਂਥ ਹੈਗੀ ਆ, ਬਹੁਤ ਵਧੀਆ ਦੋਸਤੋ ਕੱਦ ਕਾਠੀ ਹੈਗੀ ਆ, ਵੇਲ ਪੱਖੋਂ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਵੀ। ਬਾਕੀ ਦੋਸਤੋ ਜਿਹੜਾ ਡਾਇਰੈਕਟ ਕਾਲੇ ਕੰਟੇ ਦਾ ਦੋਸਤੋ ਜਿਹੜਾ ਇਹ ਬੱਚਾ ਹੈਗਾ, ਰਫਤਾਰ ਇਸਦਾ ਨਾਮ ਆ ਦੋਸਤੋ, ਜਿਹੜਾ ਇਸਦਾ ਮਤਲਬ ਕਿ ਦਾਦਾ ਕਹਿ ਲਈਏ, ਗ੍ਰੈਂਡਫਾਦਰ ਕਹਿ ਲਈਏ ਦੋਸਤੋ, ਅਲੀਸ਼ਾਨ ਘੋੜਾ ਹੈਗਾ। ਬਾਕੀ ਤੁਸੀਂ ਵੇਖ ਸਕਦੇ ਹੋ ਦੋਸਤੋ, ਚੰਗੀ ਹਾਈਟ ਲੈਂਥ ਹੈਗੀ ਆ, ਤਕਰੀਬਨ 65 ਇੰਚਸ ਜਿਹੜੀ ਇਸਦੀ ਹਾਈਟ ਹੈਗੀ ਆ ਦੋਸਤੋ। ਬਾਕੀ ਜ਼ਰੂਰ ਤੁਸੀਂ ਨੋਟ ਕਰ ਸਕਦੇ ਹੋ ਵੀਡੀਓ ਦੇ ਵਿੱਚ। Thank you.